ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਇਹ ਆ ਕਿ ਇਟਲੀ ਦਾ ਸਾਬਕਾ ਪ੍ਰਾਈਮ ਮਿਨਿਸਟਰ ਸਿਲਵੀਓ ਬਰਲੁਸਕੋਨੀ ਉਸ ਦੀ ਜੋ ਆ ਮੌਤ ਹੋ ਗਈ। ਕਾਫੀ ਕੰਟਰੋਵਰਸ਼ੀਅਲ ਇਹ ਪ੍ਰਾਈਮ ਮਿਨਿਸਟਰ ਉੱਥੇ ਦੇ ਰਹੇ ਆ। ਸਿਲਵੀਓ ਇੱਕ ਬਿਲੀਨੇਅਰ ਮੀਡੀਆ ਮੋਗਲ ਸੀ, ਬਹੁਤ ਜੋ ਮੀਡੀਆ ਆਲਮੋਸਟ ਉਹਦੇ ਉਹਦੇ ਅੰਡਰ ਕੰਟਰੋਲ ਦੇ ਵਿੱਚ ਸੀ ਤੇ ਨੇਸ਼ਨ ਦੀ ਪੂਰੀ ਪੋਲਿਟਿਕਸ ਨੂੰ ਉਸਨੇ ਚੇਂਜ ਕੀਤਾ ਸੀ। ਤੇ 86 ਸਾਲਾਂ ਦਾ ਸਿਲਵੀਓ ਉਸਦੀ ਕੱਲ ਜੋ ਆ ਉਹ ਮੌਤ ਹੋ ਗਈ ਹੈਗੀ ਆ। ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦਾ ਬਹੁਤ ਹੀ ਕਲੋਜ਼ ਫਰੈਂਡ ਗਿਣਿਆ ਜਾਂਦਾ ਆ ਤੇ ਉਸਨੇ ਆਪਣੇ ਸਮੇਂ ਦੇ ਦੌਰਾਨ ਬਹੁਤ ਕਈ ਗਲਤ ਪਾਰਟੀਆਂ ਵੀ ਕੀਤੀਆਂ, ਉਹਦੇ ਕਰਕੇ ਵੀ ਬਹੁਤ ਮਸ਼ਹੂਰ ਸੀ। ਮਿਲਾਨ ਦੇ ਸੈਨ ਰਾਫੀਅਲ ਜੋ ਹਸਪੀਟਲ ਆ ਉੱਥੇ ਉਸਦੀ ਮੌਤ ਹੋਈ ਹੈਗੀ ਆ। 5 ਉਹਦੇ ਨਿਆਣੇ ਆ, ਮਾਰਥਾ, ਫਿਸਕੀਨਾ, ਦ ਜੰਗਸ ਬ੍ਰਦਰ ਉਹਦਾ ਪਾਲੋ, ਉਹ ਉਹਦੇ ਨਾਲ ਸੀ ਉਸ ਟਾਈਮ ਦੇ ਉੱਤੇ। ਸਟੇਟ ਫਿਊਨਰਲ ਮਿਲਨ ਕੈਥੇਡ੍ਰਲ ਜੋ ਹੈਗਾ ਆ ਉੱਥੇ ਬੁੱਧਵਾਰ ਨੂੰ ਕੀਤਾ ਜਾਊਗਾ। ਸੋ ਉਹਦੇ ਕਾਫੀ ਅਮੀਰ ਬੰਦਾ ਸੀ, ਮੀਡੀਆ ਐਮਪਾਇਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। 1984 ਦੇ ਵਿੱਚ ਉਹ ਉੱਥੇ ਦਾ ਪ੍ਰੀਮੀਅਰ ਬਣਿਆ ਸੀ ਤੇ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਕਹਿੰਦੇ ਵੀ ਡੋਨਲਡ ਟਰੰਪ ਨੂੰ ਵਾਂਗ ਹੀ ਜਾਣਿਆ ਜਾਂਦਾ ਸੀ, ਵੀ ਕਾਫੀ ਅਮੀਰ ਸੀਗਾ ਤੇ ਪਾਰਟੀਆਂ ਵੀ ਕਾਫੀ ਕਰਦਾ ਰਹਿੰਦਾ ਸੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਇਹ ਆ ਕਿ ਇਟਲੀ ਦਾ ਸਾਬਕਾ ਪ੍ਰਾਈਮ ਮਿਨਿਸਟਰ ਸਿਲਵੀਓ ਬਰਲੁਸਕੋਨੀ ਉਸਦੀ ਜੋ ਆ ਮੌਤ ਹੋ ਗਈ। ਕਾਫੀ ਕੰਟਰੋਵਰਸ਼ੀਅਲ ਇਹ ਪ੍ਰਾਈਮ ਮਿਨਿਸਟਰ ਉੱਥੇ ਦੇ ਰਹੇ ਆ। ਸਿਲਵੀਓ ਇੱਕ ਬਿਲੀਨੇਅਰ ਮੀਡੀਆ ਮੋਗਲ ਸੀ, ਬਹੁਤ ਜੋ ਮੀਡੀਆ ਆਲਮੋਸਟ ਉਹਦੇ ਉਹਦੇ ਅੰਡਰ ਕੰਟਰੋਲ ਦੇ ਵਿੱਚ ਸੀ ਤੇ ਨੇਸ਼ਨ ਦੀ ਪੂਰੀ ਪੋਲਿਟਿਕਸ ਨੂੰ ਉਸਨੇ ਚੇਂਜ ਕੀਤਾ ਸੀ ਤੇ 86 ਸਾਲਾਂ ਦਾ ਸਿਲਵੀਓ ਉਸਦੀ ਕੱਲ ਜੋ ਆ ਉਹ ਮੌਤ ਹੋ ਗਈ ਹੈਗੀ ਆ। ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦਾ ਬਹੁਤ ਹੀ ਕਲੋਜ਼ ਫਰੈਂਡ ਗਿਣਿਆ ਜਾਂਦਾ ਆ ਤੇ ਉਸਨੇ ਆਪਣੇ ਸਮੇਂ ਦੇ ਦੌਰਾਨ ਬਹੁਤ ਕਈ ਗਲਤ ਪਾਰਟੀਆਂ ਵੀ ਕੀਤੀਆਂ, ਉਹਦੇ ਕਰਕੇ ਵੀ ਬਹੁਤ ਮਸ਼ਹੂਰ ਸੀ। ਮਿਲਾਨ ਦੇ ਸੈਨ ਰਾਫੀਅਲ ਜੋ ਹਸਪੀਟਲ ਆ ਉੱਥੇ ਉਸਦੀ ਮੌਤ ਹੋਈ ਹੈਗੀ ਆ। 5 ਉਹਦੇ ਨਿਆਣੇ ਆ, ਮਾਰਥਾ, ਫਿਸਕੀਨਾ, ਦ ਜੰਗਸ ਬ੍ਰਦਰ ਉਹਦਾ ਪਾਲੋ, ਉਹ ਉਹਦੇ ਨਾਲ ਸੀ ਉਸ ਟਾਈਮ ਦੇ ਉੱਤੇ। ਸਟੇਟ ਫਿਊਨਰਲ ਮਿਲਨ ਕੈਥੇਡ੍ਰਲ ਜੋ ਹੈਗਾ ਆ ਉੱਥੇ ਬੁੱਧਵਾਰ ਨੂੰ ਕੀਤਾ ਜਾਊਗਾ। ਸੋ ਉਹਦੇ ਕਾਫੀ ਅਮੀਰ ਬੰਦਾ ਸੀ, ਮੀਡੀਆ ਐਮਪਾਇਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। 1984 ਦੇ ਵਿੱਚ ਉਹ ਉੱਥੇ ਦਾ ਪ੍ਰੀਮੀਅਰ ਬਣਿਆ ਸੀ ਤੇ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਕਹਿੰਦੇ ਵੀ ਡੋਨਲਡ ਟਰੰਪ ਨੂੰ ਵਾਂਗ ਹੀ ਜਾਣਿਆ ਜਾਂਦਾ ਸੀ, ਵੀ ਕਾਫੀ ਅਮੀਰ ਸੀਗਾ ਤੇ ਪਾਰਟੀਆਂ ਵੀ ਕਾਫੀ ਕਰਦਾ ਰਹਿੰਦਾ ਸੀ।